सत श्री अकाल जी, तुसी देख रहे हो विरासत टीवी। मैं हाँ गुरसेख फतेह। प्रोग्राम दृष्टिकोण दे विच तुहाडा सब दा निघा स्वागत। इस प्रोग्राम दे जरिए तुहाडी सांझ पाउणे आ जी बहुत सारे मुद्दे मसलियां दे उपर, हर रोज़ दियां अपडेट्स दे उपर। अज प्रोग्राम वल जाण तों पहलां एक निक्की जी गल कहना चाहुंदे आ जी। 2022 अलविदा कह चलिया, 2023 चढ़ेगा तां रोसे गिले भुला के नवें सुपने सिरजना, सोचां नूं खंभ देना, नवीआं उडारियां भरनियां। आस करते हैं कि तुसी सारे अपने इस समाज के लिए, अपने लिए इस नवे वरे दे विच कुछ सेध देने वाला सिरजोगे। नवे वरे की तुहानू विरासत मीडिया की तरफ तो मुबारकबाद। आओ फिर हुण मेरे नाल ने जसविंदर याद, सब तो पहले उन्होंने जी आया आखते हैं तो खबरों के उपर विस्थार नाल चर्चा करते हैं। जसविंदर जी, जी आया जी, शुक्रिया। जसविंदर जी, करोना महामारी के दौरान जिहड़ी भी मैडिकल की कोई शॉर्टेज आई, मैडिकल दवाइया की, मैडिकल सहूलत भारत ने विश्व भर के अपन प्रोवाइड कीतियां ते देशों नूं इस संकट के बचाया। पर हुण जिहड़ी अक्तूबर तो लैके असीं खबरां देख रहे हैं कि दवाइया के नाल, भारतीय दवाइया के नाल इत्थे बच्चों की मौत हो गई, उत्थे बच्चों की मौत हो गई, इहनूं किवें समझिया जावे जी? देखो, जदों करोना वर्गी महामारी के वड्डे वड्डे इस धरती के सरपंच कहने वाले देशों दी भी बाहां खड़ियां हो गईयां सी जी, ते भारत ने अपनी समर्था नूं उत्थे पेश कीता, साबित कीता कि भारत मैडिकल दे विच जां कहिए मैडिकल सहूलतां दे विच वी किन्ना अगे वध चुक्या है। इह इक तरीफ सी, इक चंगा दौर सी, जापदा सी कि असीं वाकई ही अपने आप नूं स्थापित कर रहे हां जी। पर पिछे जे जिहड़ियां दो तीन खबरां आईयां है उन्हें मैडिकल सहूलतों के उत्ते एक सवालिया जां निशान खड़ा कर दिता है कि की इत्थों दे मैडिकल सहूलतों नाल संबंधित फर्मां की चैकिंग ऐसी वैसी हुंदी है। सब तो पहला असीं देखिया कि हरियाणा के पानीपत विच एक जिहड़ी फर्म चलती सी, उन्हां दी दवाई जदों गांबिया विच जांदी है अफरीका दे एक देश दे विच, तां WHO उहदे उत्ते नोट लैंदा है जी कि ਇਹ ਉਸ ਦਵਾਈ ਦੇ ਨਾਲ 70 ਜਿਹੜੇ ਬੱਚੇ ਆ ਉਹਨਾਂ ਦੀਆਂ ਮੌਤਾਂ ਹੋਈਆਂ। ਬੈਨ ਕਰ ਦਿੱਤਾ, ਸੀਲ ਕਰ ਦਿੱਤਾ, ਸਿੰਪਲ ਭਰੇ ਗਏ, ਕੀ ਹੋਇਆ ਕੀ ਨਹੀਂ ਹੋਇਆ ਇੱਕ ਵੱਖਰੀ ਗੱਲ ਹੈ। ਅਕਤੂਬਰ ਤੋਂ ਬਾਅਦ ਹੁਣ ਜਿਹੜੀ ਇੱਕ ਨਵੀਂ ਘਟਨਾ ਹੈ ਉਹ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਵਿੱਚ ਹੈ। ਕੰਪਨੀ ਦਾ ਨਾਮ ਹੈਗਾ ਮੈਰੀਅਨ ਬਾਇਓਟੈਕ ਜੀ, ਤੇ ਇਹ ਬਣਾਉਂਦੀ ਹੈ ਖੰਘ ਦੀ ਦਵਾਈ। ਇਹਨਾਂ ਦੇ ਸਿਰਪ ਦਾ ਨਾਮ ਹੈਗਾ ਡੌਕ 1 ਮੈਕਸ ਜਿਹੜੀ ਕਿ ਉਜ਼ਬੇਕਿਸਤਾਨ ਨੂੰ, ਜੇਕਰ ਮੈਂ ਇਸ ਨੂੰ ਸਹੀ ਉਚਾਰਿਆ ਹੋਵੇ ਤਾਂ ਉੱਥੇ 18 ਬੱਚਿਆਂ ਦੀ ਮੌਤ ਹੋਈ ਹੈ। ਇਸ ਵਾਰੀ ਇਹਦਾ ਨੋਟਸ ਆ ਜਿਹੜਾ WHO ਨੇ ਨਹੀਂ ਲਿਆ, ਉੱਥੋਂ ਦੀ ਸਰਕਾਰ ਨੇ ਲਿਆ ਕਿ ਇਹ ਦਵਾਈ ਦੇ ਨਾਲ ਹੀ 18 ਬੱਚਿਆਂ ਦੀ ਜਿਹੜੀ ਮੌਤ ਹੋਈ ਹੈ ਜੀ। ਹਾਲਾਂਕਿ ਇੱਥੋਂ ਵੀ ਸਿੰਪਲ ਭਰਨੇ ਗਏ ਨੇ ਅਤੇ ਚੰਡੀਗੜ੍ਹ ਲੈਬ ਦੇ ਵਿੱਚ ਭੇਜੇ ਗਏ ਨੇ। ਸਿਹਤ ਮੰਤਰੀ ਸਾਹਿਬ ਕਹਿੰਦੇ ਨੇ ਕਿ ਇਹ ਸੈਂਪਲਾਂ ਦੇ ਨਤੀਜੇ ਆਉਣ ਤੋਂ ਬਾਅਦ ਬਣਦੀ ਅਤੇ ਢੁੱਕਵੀਂ ਕਾਰਵਾਈ ਹੋਊਗੀ। 10 ਘੰਟੇ ਲਗਾਤਾਰ ਉੱਥੇ ਜਿਹੜੀ ਜਾਂਚ ਪੜਤਾਲ ਹੈ ਉਸ ਫੈਕਟਰੀ 'ਚ ਕਹਿ ਲਓ, ਫਰਮ ਵਿੱਚ ਕਹਿ ਲਓ, ਉੱਥੇ ਉਹ ਚੱਲੀ ਹੈ। ਹੁਣ ਇੱਕ ਵਾਰੀ ਉਸ ਨੂੰ ਪੂਰੇ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ, ਪਰ ਇਹ ਹੋ ਕੀ ਰਿਹਾ? ਮੈਂ ਇਹਨਾਂ ਦਵਾਈਆਂ 'ਤੇ ਨਹੀਂ ਜਾਂਦਾ। ਬਾਬਾ ਰਾਮਦੇਵ ਜੀ ਕਿੰਨੇ ਪ੍ਰੋਜੈਕਟ ਬਣਾਉਂਦੇ ਨੇ ਜੀ, ਕਿੰਨੀਆਂ ਹੀ ਦਵਾਈਆਂ ਹੈ, ਕਿੰਨੀਆਂ ਹੀ ਸਹੂਲਤਾਂ ਹੈ, ਪਰ ਕਰੀਬ ਕਰੀਬ 20 ਤੋਂ 22 ਦਵਾਈਆਂ ਉਹਨਾਂ ਦੀਆਂ ਅਮੈਰੀਕਾ ਦੇ ਵਿੱਚ ਬੈਨ ਨੇ। ਨੇਪਾਲ ਚਿੜੀ ਦੇ ਪਹੁੰਚੇ ਇੱਕ ਜਿੱਡਾ ਦੇਸ਼ ਹੈ, ਭਾਰਤ ਦੀਆਂ 20-22 ਦਵਾਈਆਂ ਉਹ ਵੀ ਲੈ ਕੇ ਖੁਸ਼ ਨੇ। ਸਵਾਲ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਇਹ ਚੈਕਿੰਗ ਬਾਅਦ ਵਿੱਚ ਕਰਨੀ ਜ਼ਰੂਰੀ ਹੁੰਦੀ ਹੈ ਜੀ? ਕੀ ਇਹਦੇ ਪੈਮਾਨੇ ਜਿਹੜੇ ਹੈਗੇ ਨੇ ਉਹਨਾਂ ਨੂੰ ਪਹਿਲਾਂ ਨਿਰਧਾਰਿਤ ਨਹੀਂ ਕੀਤਾ ਗਿਆ? ਜੇ ਨਿਰਧਾਰਿਤ ਕੀਤਾ ਗਿਆ ਹੈ ਤਾਂ ਉਹਦੀ ਉਲੰਘਣਾ ਕਿਉਂ ਕੀਤੀ ਜਾਂਦੀ ਹੈ? ਕੋਈ ਡਰ ਵਰਗੀ ਚੀਜ਼ ਹੈ ਨਹੀਂ। ਪਰ ਜੇਕਰ ਉਲੰਘਣਾ ਵੀ ਹੁੰਦੀ ਹੈ, ਵੈਸੇ ਤਾਂ ਕਿਹਾ ਜਾਂਦਾ ਕਿ ਇਹਨਾਂ ਫਰਮਾਂ ਨੂੰ ਹਰ 6 ਮਹੀਨਿਆਂ ਬਾਅਦ ਚੈੱਕ ਕੀਤਾ ਜਾਂਦਾ ਜੀ, ਪਰ ਕੀ 6 ਮਹੀਨਿਆਂ ਬਾਅਦ ਜਦੋਂ ਚੈੱਕ ਕੀਤਾ ਜਾਂਦਾ ਹੈ ਤਾਂ ਉਦੋਂ ਇਹ ਗੱਲਾਂ ਸਾਹਮਣੇ ਨਹੀਂ ਆਉਂਦੀਆਂ? ਵਿਰੋਧੀ ਧਿਰ ਨੇ ਇਹ ਸਵਾਲ ਖੜ੍ਹਾ ਕੀਤਾ ਹੈ ਜੀ। ਵਿਰੋਧੀ ਧਿਰ ਕਹਿੰਦੀ ਕਿ ਇਹਦੇ ਨਾਲ ਭਾਰਤ ਦੀ ਜਿਹੜੀ ਛਵੀ ਹੈ ਨਾ ਉਹ ਵਿਸ਼ਵ ਦੇ ਵਿੱਚ ਖਰਾਬ ਹੁੰਦੀ ਹੈ। ਸਰਕਾਰ ਅਜੀਬੋ ਗਰੀਬ ਕਹਿ ਰਹੀ ਹੈ, ਉਹ ਕਹਿੰਦੀ ਵੀ ਕਿ ਵਿਰੋਧੀ ਧਿਰ ਜਿਹੜੀਆਂ ਇਹ ਗੱਲਾਂ ਕਰ ਰਹੀ ਹੈ ਉਹਦੇ ਨਾਲ ਭਾਰਤ ਦੀ ਛਵੀ ਖਰਾਬ ਹੁੰਦੀ ਹੈ ਜੀ। ਮੈਂ ਹੈਰਾਨ ਹਾਂ, ਇਹ ਚੀਜ਼ਾਂ ਤਾਂ ਬਿਲਕੁਲ ਸਾਹਮਣੇ ਦਿਸ ਰਹੀਆਂ। ਵਿਰੋਧੀ ਧਿਰ ਦੇ ਬੋਲਣ ਦੇ ਨਾਲ ਛਵੀ ਨਹੀਂ ਖਰਾਬ ਹੁੰਦੀ, ਤੁਹਾਡੇ ਜਿਹੜੇ ਬਾਹਰ ਪ੍ਰੋਡਕਟ ਜਾਂਦੇ ਆ ਨਾ ਉਹ ਤੁਹਾਡੀ ਛਵੀ ਨੂੰ ਢਾਹ ਲਾਉਂਦੇ ਨੇ।
ਇਹਦੇ ਵਿੱਚ ਕੀ ਵਾਧਾ ਹੈ ਕੀ ਘਾਟਾ ਹੈ, ਮੈਂ ਕੋਈ ਸਾਇੰਸ ਦਾ ਵਿਦਿਆਰਥੀ ਨਹੀਂ, ਪਰ ਕਿਤੇ ਨਾ ਕਿਤੇ ਇਹਦੇ ਜਿਹੜੇ ਕੰਬੀਨੇਸ਼ਨ ਹੈ ਉਹਦੇ ਵਿੱਚ ਗੜਬੜੀ ਹੋਈ ਹੈ। ਉਸ ਗੜਬੜੀ ਦੇ ਨਤੀਜੇ ਨੇ ਨਾ ਕਿ ਜੋ ਮੌਤਾਂ ਹੋ ਰਹੀਆਂ, ਉਸ ਗੜਬੜੀ ਦੇ ਨਤੀਜੇ ਨੇ ਨਾ ਜਿਹੜੇ ਨੇਪਾਲ ਦੇ ਪੈਰਾਮੀਟਰਸ ਦੇ ਉੱਤੇ, ਮਾਪਦੰਡ ਦੇ ਉੱਤੇ ਸਾਡੀ ਜਿਹੜੀ ਦਵਾਈ ਹੈ ਉਹ ਖਰੀ ਨਹੀਂ ਉਤਰੀ। ਜੀ, ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਨਾ ਜੀ, ਨੇਪਾਲ ਦੇ ਪੈਰਾਮੀਟਰਸ ਕੀ ਸਾਡੇ ਨਾਲੋਂ ਬਿਹਤਰ ਨੇ, ਸਾਡੇ ਪੈਰਾਮੀਟਰਸ ਇੱਦਾਂ ਦੇ ਨਹੀਂ, ਸਾਡੇ ਲੋਕ ਕੀ ਖਾ ਰਹੇ ਨੇ। ਇਹ ਤਾਂ ਉਹ ਫਾਰਮਾਸ ਨੇ ਨਾ ਜਿਨ੍ਹਾਂ ਦੀ ਬਾਹਰ ਦਵਾਈ ਐਕਸਪੋਰਟ ਹੁੰਦੀ ਹੈ, ਉਹਨਾਂ ਦਾ ਕੁਛ ਜਿਹੜਾ ਹੈਗਾ ਡਾਟਾ ਨਿਕਲ ਕੇ ਸਾਹਮਣੇ ਆਇਆ ਕਿ ਇਹ ਰੰਗ ਲਾ ਰਹੀਆਂ, ਅਤੇ ਜਿਹੜੇ ਭਾਰਤ ਦੇ ਵਿੱਚ ਫਾਰਮਾਸ ਬਣਾ ਰਹੀਆਂ ਅਤੇ ਭਾਰਤੀ ਲੋਕ ਖਾ ਰਹੇ ਨੇ, ਉਹਨਾਂ ਦਾ ਕੀ? ਬਿਲਕੁਲ, ਸਵਾਲ ਤਾਂ ਇਹ ਵੀ ਹੈ ਵੀ ਕੀ ਕੁਝ ਇੱਦਾਂ ਦਾ ਹੈ ਜਿਹੜਾ ਉਹ ਇੱਥੇ ਤਿਆਰ ਹੋ ਕੇ ਅਤੇ ਇੱਥੇ ਵਰਤਾਇਆ ਜਾ ਰਿਹਾ ਜੀ, ਉਹਦੀ ਚੈਕਿੰਗ ਕਿਹੜੇ ਖੂਹ ਖਾਤੇ ਵਿੱਚ ਪਈ ਹੈ। ਜੇਕਰ ਇੱਦਾਂ ਦਾ ਕੁਛ ਹੁੰਦਾ ਹੈ ਤਾਂ ਅਸੀਂ ਇੱਕ ਪਾਸੇ ਹੋਕਾ ਦਿੰਦੇ ਹਾਂ ਕਿ ਲੋਕਲ ਦੀ ਵੋਕਲ ਦੀ ਅਸੀਂ ਗੱਲ ਕਰਦੇ ਹਾਂ। ਹੁਣ ਲੋਕਲ ਵੋਕਲ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਲੋਕਲ ਦੇ ਚੰਦ ਤਾਂ ਜੇ ਅਸੀਂ ਦੇਖੀਏ ਕਿ ਅਫਰੀਕਾ ਤੀਕਰ ਚੜ੍ਹੇ ਪਏ ਨੇ। ਨੇਪਾਲ ਸਾਡੇ ਲੋਕਲ ਨੂੰ ਜਾਂ ਕਹਿ ਲਈਏ ਕਿ ਭਾਰਤ ਦੇ ਬਣੇ ਹੋਏ ਪ੍ਰੋਡਕਟ ਨੂੰ ਮੈਡੀਸਨ ਦੇ ਰੂਪ ਵਿੱਚ ਉਹ ਬੈਨ ਕਰ ਰਿਹਾ ਜੀ। ਦੂਸਰੇ ਪਾਸੇ ਅਫਰੀਕਾ ਬਾਬਾ ਰਾਮਦੇਵ ਜਿਹੜੇ ਕਹਿੰਦੇ ਆ ਕਿ ਯੋਗਾ ਦੇ ਨਾਲ ਸਾਰਾ ਕੁਛ ਠੀਕ ਹੁੰਦਾ ਹੈ। ਦੇਖੋ ਦੂਰੇ ਦੂਰੇ ਮਾਪਦੰਡ ਨੇ, ਉਹ ਕਹਿੰਦੇ ਕਿ ਯੋਗਾ ਕਰੋ ਸਾਰਾ ਕੁਝ ਠੀਕ ਹੁੰਦਾ ਹੈ, ਦੂਜੇ ਪਾਸੇ ਦਵਾਈਆਂ ਵੀ ਆਪ ਹੀ ਬਣਾਉਂਦੇ ਨੇ ਜੀ। ਤੁਸੀਂ ਇੱਕ ਗੱਲ ਨੂੰ ਕਲੀਅਰ ਕਰੋ ਨਾ ਵੀ ਯੋਗਾ ਨਾਲ ਸਾਰਾ ਕੁਛ ਠੀਕ ਹੁੰਦਾ ਤਾਂ ਦਵਾਈ ਦੀ ਕੀ ਲੋੜ ਹੈ, ਅਤੇ ਜੇ ਦਵਾਈ ਨਾਲ ਸਾਰਾ ਕੁਛ ਠੀਕ ਹੁੰਦਾ ਫਿਰ ਯੋਗਾ ਦੀ ਕੀ ਲੋੜ ਹੈ। ਚਲੋ ਖੈਰ, ਮੈਂ ਕਿ ਬਹੁਤ ਸਿਆਣਾ ਨਹੀਂ ਇਸ ਮਸਲੇ ਵਿੱਚ, ਪਰ ਇਹਦੇ ਨਾਲ ਨਾ ਭਾਰਤ ਦੀ ਛਵੀ ਖਰਾਬ ਹੋਈ ਹੈ, ਇਹਦੇ ਉੱਤੇ ਸੋਚਣ ਦੀ ਜ਼ਰੂਰਤ ਹੈ। ਜਿਹੜੀ ਚੈਕਿੰਗ ਅਸੀਂ ਬਾਅਦ ਵਿੱਚ ਕਰਦੇ ਹਾਂ ਜਦੋਂ ਵੀ ਕੁਝ ਵਾਪਰ ਜਾਂਦਾ, ਮੈਂ ਇਕੱਲੀ ਮੈਡੀਸਨ ਲਾਈਨ ਦੀ ਗੱਲ ਨਹੀਂ ਕਰਦਾ ਜੀ, ਭਾਰਤ ਦੀ ਇਹ ਖਾਮੀ ਰਹੀ ਹੈ ਕਿ ਭਾਰਤ ਵਿੱਚ ਚੈਕਿੰਗ ਵਰਤਾਰਿਆਂ ਤੋਂ ਬਾਅਦ ਹੁੰਦੀ ਹੈ, ਅਤੇ ਵਿਦੇਸ਼ਾਂ ਦੇ ਵਿੱਚ ਇੱਕ ਚੰਗੀ ਗੱਲ ਰਹੀ ਹੈ ਕਿ ਉੱਥੇ ਜਿਹੜੀ ਚੈਕਿੰਗ ਹੈ ਉਹ ਉਹਨਾਂ ਵਰਤਾਰਿਆਂ ਦੇ ਵਾਪਰਨ ਤੋਂ ਪਹਿਲਾਂ ਹੋ ਜਾਂਦੀ ਹੈ। ਮੈਂ ਕਹਿੰਦਾ ਕਿ ਇਹੀ ਇੱਕ ਜਿਹੜਾ ਸਿਸਟਮ ਦੇ ਵਿੱਚ ਗੜਬੜ ਹੈ, ਇਹਨੂੰ ਠੀਕ ਕਰਨ ਦੀ ਜ਼ਰੂਰਤ ਹੈ ਕਿ ਚੈਕਿੰਗ ਹੈ ਜਿਹੜੀ ਵਧਾਈ ਜਾਵੇ। ਦੂਸਰੇ ਪਾਸੇ 9 ਰਾਜਾਂ ਦੀਆਂ ਵੋਟਾਂ ਆ ਰਹੀਆਂ, ਮੈਂ ਅੱਗੇ ਜਾ ਕੇ ਵੀ ਗੱਲ ਕਰਨੀ ਹੈ ਜੀ, ਇਹਦੇ ਨਾਲ ਕਾਫੀ ਜਿਹੜੇ ਹੈਗੇ ਨੇ ਨਤੀਜੇ ਵੀ ਪ੍ਰਭਾਵਿਤ ਹੋਣਗੇ, ਕਿਉਂਕਿ ਲੋਕਾਂ ਦੇ ਉੱਤੇ ਇਸ ਚੀਜ਼ ਦਾ ਅਸਰ ਜਾਂਦਾ ਹੈ ਕਿ ਇਹ ਜਿਹੜੀ ਸਰਕਾਰ 14 ਤੋਂ ਬੈਠੀ ਹੈ ਅਤੇ 24 ਤੀਕਰ ਬੈਠਣਾ ਇਹਨਾਂ ਨੇ, ਅਤੇ ਕੀ ਇਹ ਇੱਦਾਂ ਦਾ ਕੁਝ ਚੈੱਕ ਕਰਦੀ ਹੈ, ਨਹੀਂ ਕਰਦੀ ਤਾਂ ਕੀ ਕੁਝ ਆ ਰਿਹਾ। ਅਸੀਂ ਦੇਖ ਰਹੇ ਹਾਂ ਸੌਫਟ ਡਰਿੰਕ ਦੇ ਵਿੱਚ ਕਦੇ ਕੁਝ ਨਿਕਲ ਰਿਹਾ ਹੁੰਦਾ ਹੈ, ਕੁਝ ਪ੍ਰੋਡਕਟ ਜਿਹੜੇ ਪੈਕਿੰਗ ਵਿੱਚ ਆਉਂਦੇ ਆ ਉਹਦੇ ਵਿੱਚ ਕਦੇ ਕੁਝ ਨਿਕਲ ਰਿਹਾ ਹੁੰਦਾ ਹੈ, ਖਾਸ ਕਰਕੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਮਠਿਆਈਆਂ ਦਾ ਜੋ ਸਟੈਂਡਰਡ ਹੁੰਦਾ ਹੈ, ਅਤੇ ਸਿਆਹਲ ਦੇ ਵਿੱਚ ਜੋ ਦਵਾਈਆਂ ਦਾ ਸਟੈਂਡਰਡ ਹੁੰਦਾ ਹੈ, ਖਾਸ ਕਰਕੇ ਖੰਘ ਵਾਲੀਆਂ ਦਾ, ਉਹ ਸਵਾਲ ਤਾਂ ਖੜ੍ਹੇ ਕਰਦਾ। ਇਹਦੇ ਉੱਤੇ ਸਰਕਾਰ ਨੂੰ ਨੀਝ ਲਾ ਕੇ ਤੱਕਣ ਦੀ ਜ਼ਰੂਰਤ ਹੈ। ਸਰਸਰੀ ਜੀ ਨਿਗਾਹ ਮਾਰ ਕੇ ਕਹਿ ਦੇਣਾ ਹੈ ਕਿ ਨਹੀਂ ਜੀ ਅਸੀਂ ਇਹਦੀ ਜਾਂਚ ਕਰ ਰਹੇ ਹਾਂ, ਤੁਸੀਂ ਜਾਂਚ ਇਕੱਲੀ ਉਹਦੀ ਕਰਕੇ ਕੋਈ ਛੱਡ ਦਿੰਦੇ ਹੋ, ਤੁਸੀਂ ਪੂਰੇ ਦੇ ਪੂਰੇ ਆਪਣੇ ਮੈਡੀਕਲ ਸਿਸਟਮ ਦੀ ਜਾਂਚ ਕਰੋ ਕੀ ਹੈ ਜਿਹੜਾ ਉਹ ਅਸੀਂ ਬਾਹਰ ਭੇਜ ਰਹੇ ਹਾਂ, ਅਤੇ ਉਹਦਾ ਲੈਵਲ ਕੀ ਹੈ, ਕੀ ਉਹ ਕਿਤੇ ਭਾਰਤ ਦੇ ਚਾਰ ਚੰਦ ਲਾਉਣ ਦੀ ਥਾਂ ਦੇ ਉੱਤੇ ਮੂੰਹ ਦੇ ਉੱਤੇ ਕਾਲਖ ਤਾਂ ਨਹੀਂ ਮਰ ਰਿਹਾ ਜੀ। ਇੱਥੇ ਇਹ ਵੀ ਹੈ ਨਾ ਜੀ, ਸਟੈਂਡਰਡਸ ਅੱਗੇ ਪਿੱਛੇ ਕਰ ਲਏ ਜਾਂਦੇ ਆ, ਕਹਿ ਦਿੰਦੇ ਕਿ ਛਵੀ ਨੂੰ ਢਾਹ ਲੱਗ ਰਹੀ ਹੈ ਦੇਸ਼ ਜੀ ਨੂੰ, ਪਰ ਸਟੈਂਡਰਡਸ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਅੱਗੇ ਗੱਲ ਕਰੀਏ ਤਾਂ ਜੀ, ਤੁਸੀਂ ਇਲੈਕਸ਼ਨਾਂ ਦੀ ਗੱਲ ਕਰ ਲਈ ਹੈ, EVM ਜਦੋਂ ਕਿਤੇ ਗੱਲ ਚੱਲਦੀ ਹੈ ਤਾਂ ਵਿਰੋਧੀ ਧਿਰਾਂ ਜਾਂ ਜਿਹੜੀਆਂ ਹਾਰ ਚੁੱਕੀਆਂ ਪਾਰਟੀਆਂ ਹੁੰਦੀਆਂ ਉਹ 'ਤੇ ਸਵਾਲ ਖੜ੍ਹੇ ਕਰਦੀਆਂ ਹੈਗੀਆਂ, ਕੋਰਟ ਦਾ ਰੁੱਖ ਕਰਦੀਆਂ ਨੇ। ਹੁਣ ਚੋਣ ਕਮਿਸ਼ਨ RVM ਲੈ ਕੇ ਆਇਆ ਜੀ, ਇਹਨੂੰ ਕਿਸ ਸੰਦਰਭ ਦੇ ਵਿੱਚ ਵੇਖਿਆ ਜਾਵੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ EVM ਦੀ ਜੇਕਰ ਗੱਲ ਕਰੀਏ, 14 ਵਾਲਾ ਇਲੈਕਸ਼ਨ ਹੁੰਦਾ, 19 ਵਾਲਾ ਇਲੈਕਸ਼ਨ ਹੁੰਦਾ, ਸਟੇਟਾਂ ਦੇ ਇਲੈਕਸ਼ਨ ਹੁੰਦੇ ਆ, ਜਿਹੜੀ ਪਾਰਟੀ ਹਾਰ ਜਾਂਦੀ ਹੈ ਉਹ ਨਾਲ ਦੀ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ। ਇੱਥੇ ਤਾਂ ਨੀ ਟੂ ਸ਼ਟਰਾਂ ਵਾਲਾ ਰੌਲਾ ਪਾ ਲੈਂਦਾ ਜੀ ਕਿ ਮੇਰੀ EVM ਵਿੱਚੋਂ ਵੋਟ ਨਹੀਂ ਨਿਕਲੀ। ਇੱਥੇ ਕਾਂਗਰਸ ਹਰ ਜੇ ਉਹ ਰੌਲਾ ਪਾ ਲੈਂਦੀ ਹੈ, ਸ਼੍ਰੋਮਣੀ ਅਕਾਲੀ ਦਲ ਪਾ ਲੈਂਦੀ ਹੈ, ਸਮਾਜਵਾਦੀ ਪਾਰਟੀ ਪਾ ਲੈਂਦੀ ਹੈ, ਜਿੱਥੇ ਭਾਜਪਾ ਹਰ ਜੇ ਉਹ ਅੰਦਰ ਖਾਤੇ ਉਹ ਵੀ ਪਰੌਲਾ ਪਾ ਲੈਂਦੀ ਨੇ ਕਿ EVM ਦੇ ਵਿੱਚ ਗੜਬੜੀ ਹੈ ਜੀ ਜੀ। ਜਦੋਂ ਪਿਛਲੇ ਇਲੈਕਸ਼ਨ ਦੇ ਵਿੱਚ ਇਸੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਦਾਲ ਨਹੀਂ ਗਲੀ ਸੀ ਤਾਂ ਇਹਨਾਂ ਨੇ ਵੀ EVM ਦਾ ਹੋਕਾ ਦਿੱਤਾ ਸੀ, ਕਿਸ ਦਾ ਜਿੱਦੇ ਸੀ। ਮੈਂ ਥੋੜ੍ਹਾ ਜਿਹਾ ਪਿੱਛੇ ਚੱਲਾਂ, 2009 ਦੇ ਵਿੱਚ ਜਰਮਨ ਨੇ ਇਹਨਾਂ EVM ਮਸ਼ੀਨਾਂ ਨੂੰ ਬੰਦ ਕਰ ਦਿੱਤਾ ਸੀ। ਕਿਉਂ? ਉਹ ਕਹਿੰਦੇ ਕਿ ਸਾਡੇ ਜਿਹੜੇ ਵੋਟਰ ਨੇ ਉਹ ਭਰੋਸਾ ਨਹੀਂ ਜਿਤਾਉਂਦੇ ਇਸ ਸਿਸਟਮ ਦੇ ਉੱਤੇ ਜੀ, ਅਸੀਂ ਇਸ ਸਿਸਟਮ ਨੂੰ ਨਕਾਰਦੇ ਹਾਂ। ਸਾਡੀਆਂ ਵਿਰੋਧੀ ਪਾਰਟੀਆਂ ਰੌਲਾ ਵੀ ਪਾਉਂਦੀਆਂ ਨੇ ਅਤੇ ਇਹਨੂੰ ਕੋਰਟ ਦੇ ਵਿੱਚ ਚੈਲੰਜ ਵੀ ਕਰਦੀਆਂ ਨੇ। ਉਹ ਗੱਲ ਤਾਂ ਰਹੇਗੀ ਪਿੱਛੇ ਕਿ ਉਹਦੇ ਉੱਤੇ ਕੀ ਕਰਨਾ ਹੈ। ਹੁਣ RVM ਆ ਗਿਆ, ਰਿਮੋਟ ਵੋਟਿੰਗ ਮਸ਼ੀਨ ਦੀ ਜਿਹੜੀ ਗੱਲ ਹੈ,
एक सहूलत के रूप में विक गए तो बहुत चंगी गल है, पर जेकर इस सियासी शक की निगाह में विक गए तो सवाल खड़े हो गए जी। असं जो देखते हैं ना बिहार के चोण है, यूपी के चोण है, जहाँ स्टेटा के पिछड़ के चल दया तो उत्थे कई बार ईवीएम मशीन आउंदियां होर रस्ते ने, जांदियां होर रस्ते ने, आउंदियां वध ने, जांदियां घट ने, जां आउंदियां घट ने, जांदियां वध ने, तो घपला घपला होने लग जाता चारे पास। हुण ये मसला की है, सब तो पहला इस गल नूं नखेड़ के वेखिए, इन्हां मशीनां दा फायदा होना घरेलू प्रवास नूं जी, ना कि प्रवास नूं। बहुते लोग समझते होणगे कि विदेश विच बैठे हुए साडे प्रवासी वीरां दे लई सहूलत है, उन्हां लई कोई सहूलत नहीं, सहूलत हैगी है घरेलू प्रवास। बिहार के कुछ लोग मजदूरी करन दे लई पंजाब आउंदे ने, पंजाब के कुछ लोग अपने खेती के मसले विच गुजरात विच भी ने जी, कुछ पिंडां दे लोग जिहड़े हैगे ने उह अपना स्टेटस चक्कण दे लई शहरां विच चले गए ने, दूर दे शहरां विच चले गए ने, इहनूं असीं घरेलू प्रवास कहिंदे आ। ते जदों वोटां आउंदियां तां उह कई वारी वक्त करके, कई बार पैसे करके वह उस थान के उत्ते उस पोलिंग स्टेशन पर नहीं पहुँचते। इस गल नूं देखते हुए वोट परसेंटेज है जी डाउन जाती है जी। जिहड़ा हुण साडा वारा चढ़ना ना, उहदे विच 9 राज्यां दीआं वोटां ते 24 दे विच जाके अगे साडे प्रधानमंत्री साहब वाली जिहनूं असीं लोक सभा की चोण कहिंदे आ उह आ गई है, एक चंगा सुधार है। इस सुधार विच की होगा कि जिहड़े साडे घरेलू प्रवास वाले मजदूर होणगे, लोक होणगे, उन्होंने उस थान के उत्ते जाने की जरूरत नहीं होगी जिथे उन्होंने वोट बनी हो। मैं एग्जाम्पल के तौर पर गल करा कि बिहार के वोटिंग हो रही है, तो बिहार लुधियाने बहुत है, जलंधर बहुत है, पूरे पंजाब च ही बहुत है, वो अपना काम छड के वापस बिहार नहीं मुड़ते, तो उन्होंने लिए इतने वो मशीन है जी इंटरनेट के जुड़ के मुहैया कराई जाऊगी। 72 हल्कों की जी वोटिंग है वह एक थान के उत्ते एक प्लेटफॉर्म से पवा ली जाऊगी, बिल्कुल फायदे वाली गल है जी। दूसरे पास जिहड़ियां विरोधी पार्टियां खास करके कांग्रेस, वह कहते कि सानू इहदे इतबार नहीं, साढ़े जिहड़े चोण कमिश्नर साहब ने उन्होंने कहा भाई भी 15 जनवरी तक आ जाओ, 8 साडियां राष्ट्रीय पार्टियां ने ते 57 साढ़े राजनीतिक दल ने, वह सारे के सारे उन्होंने सद लिया। वो कहते कि 15 जनवरी तक आवो, आके इन्हां दी चैकिंग करो जी, अपने सुझाव लिखती भी देवो, ते नाल दी नाल टैक्निकल टीमां तो भी पुछ लो, ते 31 जनवरी तक उन्होंने कहा भी लिखती जो कोई तुसीं सानूं दसना वह दस देवो। मैं इत्थे कहिंदा है उन्हां पार्टियां नूं जिहड़ियां बाद विच कहिंदियां हुंदियां सानूं पुछिया नहीं गया जी, जी साडी राय नहीं लई गई, हुण तुसीं पास करनी है, मानयोग चोण कमिश्नर ने पास नहीं करनी, उन्होंने तो एक सहूलत दे दी, तुसीं देखो 57 दल देखण, 8 राष्ट्रीय पार्टियां देखण, की ये वोटरां लई सहूलत है जां सत्ता विच बैठी पार्टी की सहूलत है जी, वो अपने लिए वरतना चाहते। थोड़े कोल टैक्निकल टीमां ने, दिमाग ने वड्डे वड्डे, तुसीं इहदे उत्ते सोच विचार करो। वो कहिंदे ना कि सप्प लंघ गया तो फिर लीक ना कुट्टियो, बिल्कुल जे एक बार ये चीज़ आ गई फिर वापसी लई तुसीं कोटां दे राह जिहड़े नीवें करदे हो, अज अंदर बैठे पुट्ठा हत्थ मारी जांदे हो सानूं नहीं मंजू जी, तुसीं रीज़न नाल दसो ना, अगे 15 तिकर दसो, 31 तिकर लिखती दसो, जेकर तुहानूं सारियां पार्टियां नूं लगता है भी नहीं इहदे नाल गड़बड़ी होगी, वोट बिहार की है पई लुधियाणे जाती है, कौन चैकिंग करू इहदी किवें हो, मैं नहीं इहदे विच जांदा, मैं कहिंदा तुसीं दसो ये किड़े किड़े इदा के लूपोल ने जिथे बेईमानी भ्रिष्टाचार या नजायज तरीके वोटिंग हो सकती है, रोक दौ भाई अच्छे को मौका हैगा, चोण कमिश्नर साहब ने थोड़ा वक्त दिता है, हूँ देखते हैं कि रजाइया च बैठ के हीटर मूहे बैठ के रौला पागे जो अपना तर्क संगत के नाल गल है जी चोण कमिश्नर के सामने जाके रखे। बिल्कुल जी, हुण वक्त रेंदे विचार लैन भी RVM के की लाहे ने ते की नुकसान ने, चंगा रहूगा। अगे गल करिए जी गुआढ़ी राज दे विच एक नवा रौला जिहा छिड़ पिया, कहिंदे पंजाब तो वक्खरा होकर पहला रौला सीगा भी काफ़ी तरक्की दे विच, ते वाकई पता लग्या कहिंदे हुण कर्जे च भी काफ़ी तरक्की कर गया पंजाब नालों। देखो असीं ना अक्सर देखते हुंदे आ भी जदों गुआढ़ी तरक्की करदा ना जी, दो तीन तरीकों के टेवे लगते होंगे, कोई कहता भी ये करजा चक्की जाता, कोई कहता नहीं नहीं ये तो कमाई बहुत ज़्यादा है,
जी तो जो तो गुआंढी कोई मकान बना ले गड्डी लियावे एक बार तो बंदा दंदा दे विच जीव लैके सोचता है कौन करी जाता किवें करी जाता कितने दो नंबर तो नहीं बढ़ गया। हाँ कितने दो नंबर विच तो नहीं बन गया पर जो तो कोई आके लोन वाला घंटी मारदा ना तो कहता जी थोड़ियां इनिया किस्तं खड़िया जी फिर पता लगता भी ये तरक्की असली सी जां करजे दे सिर दे उत्ते सी। मैं गुरसेवक अक्सर कहना हूं कि विकास ना दो तरीकों का है जी एक मनुखता नाल जुड़िया होया एक पथरीला विकास जिहड़ा जुड़दा तो मनुखता दे नाल है पर उहदी उन्ना चिर जरूरत नहीं हुंदी जिन्ना चिर मनुखता दीआं तुसीं मुढ़लियां लोड़ां जां सहूलतां नहीं पूरियां कर दिंदे। साढ़े दो तीन स्टेटां विच ना उत्तर भारत विच इस तरीके दे नाल होया है कि जिहड़ा मुढ़ला विकास है मुढ़ला विकास की है एजुकेशन है जी हेल्थ है नाल दी नाल तुहानूं पाणी है शुद्ध हवा है ये सारा कुछ साढ़े मुढ़ले विकास ना आता मुढ़ले विकास तो सरकार लंघ गई पासे दी हो गई ये पथरीले विकास में आ गई चौड़िया सड़क वड्डे टोल मॉल पता नहीं की कुछ जिहदी जरूरत नहीं ये पंजाब ने किया पथरीला विकास खास करके श्रोमणी अकाली दल के दस साल के राज विच बहुत होया पथरीला विकास जी और तोड़ तोड़ के किया गया जी। मैंने तो कई बार ये लगता होंगे कि उही गलियां नालियां दुबारे दुबारे फिर बन रही हैं तोड़ तोड़ के किया गया प्राइवेट सेक्टर तो करवाया गया पंजाब की प्रॉपर्टी वेच वेच के किया गया जेकर मैं कह कि किला वेच के कोठी पाइए तो सरदार नहीं हो जाती जी इन्होंने पंजाब इस तरीके सरदार बनाने की कोशिश की है। हुण इसे एंगल के उत्ते हरियाणा चल पिया मैं अज तो चार पाँच साल पहले एक लैक्चर के गल कही सी कि साढ़े पिछे पिछे हरियाणा तुर पिया जी ये नतीजे आने हरियाणे के करजे के रूप में तो मैं अगली भविखबाणी अज एक होर कर देव इस राह के उत्ते राजस्थान भी तुर पिया जी तो नतीजे वो भी इदा के आने विधानसभा के जोड़े साढ़े मुख्यमंत्री ने हरियाणे के सबका भुपिंदर हुड्डा जी जिन्होंने दस साल राज किया उन्होंने ये बैंस में सदा दिता वो कहते जी दसो वाइट पेपर लिया के दसो कि हरियाणे के सिर के उत्ते 4,25,000 करोड़ का जिहड़ा कर्जा है पर जिहड़ी उत्थे पार्टी है डबलिंग च ना पाई जी भाजपा है वह कहते नहीं जी ये तो अंकड़ा ही गलत है 2,25,000 करोड़ का कर्जा है। पहली गल तो जिहड़े बंदे ने अंकड़े प्रोवाइड कराए ने उधर होर कराए ने उधर होर कराए ने जां उन्होंने आप लभे ने मैनू नहीं पता इस गल बारे किवें होया है पर जेकर 2 दा है ये 4 दा है सवाल तो सरकार दे लई खड़े हो गए ना जी कि वह दसे हुण एक गल तो यह भी क्लीयर हो गई है कि जिथे डबल इंजन है उत्थे भी उड़ा ही खतरा है जिड्डा सिंगल इंजन दे विच है। ये डबल इंजन है जरूर जी पर है दोवें माड़े देखो डबल इंजन होना ट्रिपल इंजन होना राजपाल भी हुण तक इंजन है ना जी किन्ने मर्जी इंजन हो जाण पर जिन्ना चिर तुसीं स्टेटां कोलों अधिकार खोही जाओगे स्टेटां करजे च ही जाणगियां चाहे वह पंजाब है हरियाणा है राजस्थान है कोई भी स्टेट है ठीक है वक्री गल है कि पंजाब दे नाल उस तरीके का दिल्ली ने मोह नहीं रख्या जिस तरीके का उन्होंने होर स्टेटा के नाल रख्या पर गुरसेवक ये डबल ट्रिपल इंजन नाल गल नहीं बननी गल बननी है राज्यां नूं अधिकार देण नाल तीन तरीके के अधिकार ने जी एक केंद्र कोल ने एक प्रांतां कोल ने एक सांझे ने जिहड़े तां सांझे ने उन्हां उत्ते तां इहने बड़ा क्लीयर जिहा जिहड़ा कब्जा कर लिया वह सांझे नहीं रहे हुण जिहड़ा अगला हमला है वो जिहड़े निजी अधिकार ने ना स्टेटा के उहदे ते करता लिया के ऐ करोगे तो करजा हरियाणा है पंजाब है कोई भी उहदे ते आऊगा पर अजीबो गरीब गल आ ना जिहड़ी वह राजनेतावां दी भी हुंदी है जी एक MLA साहब नूं पत्रकार साहब पुछदे ने कि करजे वाला की मसला है जी वह कहिंदे जी पंजाब वधिया है वह कहिंदे जी पंजाब किवें वधिया है वह कहिंदे जी उत्थे ना 5 सालां बाद राज बदल जांदा है जी ते नवे राज वाले पुराने राज वाले दे मोढे ते तरके चला दिंदे ने ओह दे गए वह गांह ला आउंदा है वह मोढे ते तरके चला दिंदा कहिंदे असीं तां मोढे ते तरके चलाउण जोगे वी नहीं जी
ਭੁਪਿੰਦਰ ਹੁੱਡਾ ਕਾਂਗਰਸ ਦਾ ਰਾਜ 10 ਸਾਲ ਕਰ ਗਿਆ। ਮਨੋਹਰ ਲਾਲ ਖੱਟਰ ਜੀ ਇਹ ਵੀ 10 ਸਾਲ ਰਾਜ ਕਰ ਗਏ। ਅੱਗੇ ਜਾ ਕੇ ਹੁਣ ਹਰਿਆਣੇ ਦੇ ਵਿੱਚ ਵੋਟ ਕਹਿਣ ਦਾ ਭਾਵ ਹੁਣ ਉਂਗਲ ਕਰਨ ਨੂੰ ਬੰਦਾ ਭਾਲ ਰਿਹਾ ਵੀ ਕਿਹਦੇ ਵੱਲ ਉਂਗਲ ਕਰੀਏ। ਹਾਂ ਉਹ ਕਹਿੰਦੇ ਵੀ ਹੁਣ ਅਸੀਂ ਕੀ ਕਹੀਏ ਵੀ ਇਹ ਉਹਨਾਂ ਦਾ ਜੇ ਉਹਨਾਂ ਦਾ ਤਾਂ ਸਾਡੇ 10 ਸਾਲ ਕਿਹੜੇ ਖੂਹ 'ਚ ਗਏ, ਪਰ ਜੇ ਸਾਡਾ ਤਾਂ ਅਸੀਂ ਕਲੀਅਰ ਕਲੀਅਰ ਜਿਹੜੇ ਇਸ ਵਿੱਚ ਘਿਰੀ ਜਾਂਦੇ ਹਾਂ ਜੀ। ਹਰਿਆਣੇ ਦੇ ਹਾਲਾਤ ਵੀ ਇੱਥੋਂ ਗੱਲ ਕਲੀਅਰ ਹੈ ਕਿ ਪੰਜਾਬ ਵਰਗੇ ਨੇ, ਪੰਜਾਬ ਤੋਂ ਬਿਹਤਰ ਨਹੀਂ। ਅੱਗੇ ਚੱਲਦੇ ਹਾਂ ਜੀ। ਸਿੱਖਿਆ ਵਿਭਾਗ ਨੇ ਕਈ ਜਾਤ ਆਧਾਰਿਤ ਸਕੂਲਾਂ ਦੇ ਨਾਂ ਬਦਲੇ ਨੇ। ਬਿਲਕੁਲ, ਸਿੱਖਿਆ ਵਿਭਾਗ ਨੇ ਇਹਨਾਂ ਸਕੂਲਾਂ ਦੇ ਨਾਂ, ਖਾਸ ਕਰਕੇ ਮੈਂ ਕਹਿ ਰਿਹਾ ਪ੍ਰਾਇਮਰੀ ਸਿੱਖਿਆ ਦਾ ਮਸਲਾ ਜੀ ਇਹ ਜੀ। ਗੁਰਸੇਵਕ, ਸਵਾਲ ਇਹ ਹੈ ਨਹੀਂ ਕਿ ਬਦਲੇ ਨਹੀਂ, ਸਵਾਲ ਇਹ ਹੈ ਕਿ 50 ਸਾਲ ਇਹਦੇ ਵੰਨੀ ਕਿਸੇ ਦਾ ਖਿਆਲ ਹੀ ਨਹੀਂ ਗਿਆ ਜੀ। 56 ਸਕੂਲ ਨੇ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਮ ਜਿਹੜੇ ਨੇ ਉਹ ਜਾਤ ਦੇ ਆਧਾਰਿਤ ਨੇ। ਬਾਜੀਗਰ ਬਸਤੀ ਦਾ ਸਕੂਲ, ਹਰੀਜਨਾਂ ਦਾ ਸਕੂਲ, ਸੈਂਸੀਆਂ ਦਾ ਸਕੂਲ, ਇਹ ਨਾਂ ਨੇ ਕੋਈ ਜੀ। ਤੁਸੀਂ ਜਿਹੜੇ ਗੇਟ ਦੇ ਉੱਤੇ ਹੀ ਵੰਡ ਵਾਲਾ ਫੱਟਾ ਲਾਤਾ, ਅੰਦਰ ਤੁਸੀਂ ਬਰਾਬਰਤਾ ਦੀ ਸਿੱਖਿਆ ਕਿਹੜੇ ਮੂੰਹ ਨਾਲ ਦਿਓਗੇ? ਬਿਲਕੁਲ, ਸਵਾਲ ਇਹ। ਤੁਸੀਂ ਹੁਣ ਤੱਕ ਇਹਤੇ ਖਿਆਲ ਨਹੀਂ ਕੀਤਾ। ਹਰਜੋਤ ਬੈਂਸ ਸਿੱਖਿਆ ਮੰਤਰੀ ਨੇ, ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਆਲੋਚਨਾ ਵੀ ਕਰਦਾ ਹੁੰਦਾ ਅਤੇ ਅੱਜ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ। 56 ਸਕੂਲਾਂ ਵਿੱਚੋਂ 54 ਸਕੂਲਾਂ ਦੇ ਨਾਮ ਉਹਨਾਂ ਨੇ ਬਦਲ ਦਿੱਤੇ ਆ। ਉਹ ਕਹਿੰਦੇ ਕਿ ਗੁਰੂ ਪੀਰ ਸ਼ਹੀਦਾਂ ਦੇ ਨਾਂ ਦੇ ਉੱਤੇ ਨਾਮ ਇਹਨਾਂ ਸਕੂਲਾਂ ਨੂੰ ਦਿੱਤੇ ਜਾਣਗੇ, ਇਹ ਜਾਤਾਂ ਦੇ ਆਧਾਰ 'ਤੇ ਨਹੀਂ ਹੋਣਗੇ। ਨਾਲ ਨਾਲ ਇੱਕ ਸਵਾਲ ਵੀ ਹੈ, ਲੁਧਿਆਣੇ ਦੇ ਵਿੱਚ ਇੱਕ ਸਕੂਲ ਦਾ ਨਾਮ ਬਦਲਣ ਦੇ ਉੱਤੇ ਪੰਚਾਇਤ ਨੂੰ ਇਤਰਾਜ਼ ਹੈ, ਨਹੀਂ ਬਦਲ ਦਿੱਤਾ ਜੀ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਬਲਾਕ ਉਹਦੇ ਵਿੱਚ ਗਿੱਦੜਵਾ ਪੈਂਦਾ ਅਤੇ ਪਿੰਡ ਦੋਦਾ, ਸਕੂਲ ਦਾ ਨਾਂ ਹੈ ਬਾਜੀਗਰ ਬਸਤੀ ਸਕੂਲ, ਉੱਥੋਂ ਦੀ ਪੰਚਾਇਤ ਨੇ ਨਹੀਂ ਬਦਲ ਦਿੱਤਾ। ਗੁਰਸੇਵ, ਕੇ ਸਟੇਟਸ ਸਿੰਬਲ ਨਹੀਂ ਜੀ। ਕੋਈ ਕਹਿੰਦਾ ਨਾ ਕਿ ਸਾਡੀ ਜਾਤ ਦੇ ਨਾਂ 'ਤੇ ਸਕੂਲ ਦਾ ਨਾਂ ਹੈ ਅਤੇ ਸਾਡਾ ਸਟੇਟਸ ਹੈ, ਇਹ ਅਸਲ ਵਿੱਚ ਇੱਕ ਵੰਡ ਹੈ ਜਿਹੜੀ ਅੰਦਰ ਬੈਠੇ ਹੋਏ ਬੱਚਿਆਂ ਦੇ ਦਿਲਾਂ ਵਿੱਚ ਵੀ ਜਾਂਦੀ ਹੈ, ਕਿਉਂਕਿ ਉਸੇ ਗੇਟ ਤੋਂ ਇੰਟਰ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਪੰਚਾਇਤਾਂ ਨੂੰ ਹੱਥ ਬੰਨ੍ਹ ਕੇ ਕਹਿੰਦਾ ਇਹਦੇ ਵਿੱਚ ਸਾਥ ਦਿਓ ਜੀ, ਇਹਨੂੰ ਬਦਲੋ ਭਾਈ, ਇਹ ਨਹੀਂ ਚਾਹੀਦੇ ਸਾਨੂੰ। ਦੂਸਰੀ ਗੱਲ ਜੇਕਰ ਮੈਂ ਤੁਹਾਨੂੰ ਦੱਸਾਂ, ਕੁਝ ਜ਼ਿਲ੍ਹੇ ਇੱਦਾਂ ਦੇ ਹੈ ਜਿਹਦੇ ਵਿੱਚ ਅੱਜ ਤੀਕਰ ਇੱਦਾਂ ਦਾ ਕੋਈ ਸਕੂਲ ਨਹੀਂ। ਮੇਰੇ ਕੋਲ ਲਿਸਟ ਹੈ, ਰੂਪਨਗਰ ਦੇ ਵਿੱਚ ਕੋਈ ਵੀ ਜਾਤ ਦੇ ਨਾਂ 'ਤੇ ਸਕੂਲ ਨਹੀਂ, ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਤਰਨ ਤਰਨ ਵਿੱਚ ਵੀ ਹੈ ਨਹੀਂ, ਕਪੂਰਥਲੇ ਵਿੱਚ ਵੀ ਹੈ ਨਹੀਂ, ਜਲੰਧਰ ਅਤੇ ਫਿਰੋਜ਼ਪੁਰ ਜਿਹਨੂੰ ਸਭ ਤੋਂ ਵੱਧ ਪਿਛੜਿਆ ਕਹਿੰਦੇ ਆ ਉੱਥੇ ਵੀ ਜਾਤ ਦੇ ਨਾਂ 'ਤੇ ਹੈ ਨਹੀਂ, ਫਾਜ਼ਿਲਕਾ ਵਿੱਚ ਵੀ ਹੈ ਨਹੀਂ। ਪਰ ਸਭ ਤੋਂ ਵੱਧ ਜੇਕਰ ਮੈਂ ਕਹਾਂ ਤਾਂ ਉਹ ਲੁਧਿਆਣੇ ਵਿੱਚ ਅਤੇ ਮੁਕਤਸਰ ਦੇ ਵਿੱਚ ਨਹੀਂ, ਅਤੇ ਜੇਕਰ ਹੋਰ ਦੱਸਾਂ ਪਟਿਆਲੇ ਵਿੱਚ ਇਸ ਤੋਂ ਵੀ ਜ਼ਿਆਦਾ ਨੇ, ਮਾਨਸਾ ਵਿੱਚ 7 ਨੇ ਅਤੇ ਮੋਹਾਲੀ ਵਿੱਚ 6 ਨੇ ਜੀ। ਇਹ ਬਦਲ ਦਿੱਤੇ ਨੇ, ਬਹੁਤ ਚੰਗਾ ਕੀਤਾ। ਇਸ ਤੋਂ ਅਗਲਾ ਸਟੈਪ ਹੁਣ ਹੋਰ ਹੋਣਾ ਚਾਹੀਦਾ। ਹੁਣ ਆ ਜਾਓ ਤੁਸੀਂ ਮਿਡਲ ਸਕੂਲਾਂ ਨੇ ਜੀ, ਫਿਰ ਆਓ ਤੁਸੀਂ ਹਾਈ ਅਤੇ ਸੀਨੀਅਰ ਸੈਕੰਡਰੀ ਵਾਲੀ। ਸਿੱਖਿਆ ਦਾ ਮਤਲਬ ਹੀ ਇਹ ਹੁੰਦਾ ਕਿ ਬਰਾਬਰਤਾ। ਫਿਰ ਭਾਈ ਕਾਲਜਾਂ ਨੂੰ ਵੀ ਵੇਖ ਲਿਓ, ਪਰ ਕਾਲਜਾਂ ਦੇ ਵਿੱਚ ਇਹ ਸਮੱਸਿਆ ਘੱਟ ਹੋਊਗੀ, ਪਰ ਇਸ ਨੂੰ ਕਲੀਅਰ ਕਰਨਾ ਬੜਾ ਜ਼ਰੂਰੀ ਹੈ। ਅਤੇ ਹੱਥ ਬੰਨ ਕੇ ਕਹਿੰਦਾ SGPG ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਇਹ ਖਿਆਲ ਗੁਰੂ ਘਰਾਂ ਵੰਨੀ ਵੀ ਕਰੇ ਜੀ। ਗੁਰੂ ਘਰਾਂ ਦੇ ਵਿੱਚ ਵੀ ਐਂ ਹੈ, ਹਰੀਜਨ ਭਾਈਚਾਰੇ ਦਾ ਗੁਰਦੁਆਰਾ, ਜੱਟਾਂ ਦਾ ਗੁਰਦੁਆਰਾ। ਬਾਬਾ ਨਾਨਕ ਜੀ ਤਾਂ ਕਹਿੰਦੇ ਸੀ ਵੀ ਜਾਤ ਪਾਤ ਤੋਂ ਉੱਪਰ ਹੁੰਦੀ ਹੈ ਮਨੁੱਖਤਾ, ਮਾਨਸ ਕੀ ਜਾਤ ਸਭੇ ਏਕ ਪਛਾਣੇ। ਗੁਰਬਾਣੀ ਦੇ ਵਿੱਚ ਸਾਡੇ ਗੁਰੂਆਂ ਨੇ ਇਹ ਸ਼ਬਦ ਜਿਹੜੇ ਨੇ ਉਹ ਸਾਨੂੰ ਦਿੱਤੇ ਨੇ, ਔਰਤ ਲਈ ਵੀ ਦਿੱਤੇ ਨੇ, ਕੁਦਰਤ ਲਈ ਵੀ ਦਿੱਤੇ ਨੇ। ਪਰ ਅਸੀਂ ਇਹ ਕਿਹੜੀ ਵੰਡ 'ਚ ਫਸ ਗਏ? ਲੰਗਰ ਪ੍ਰਥਾ ਕੀ ਕਹਿੰਦੀ ਹੈ ਜੀ? ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ ਕੀ ਕਹਿੰਦਾ ਹੈ? ਅਸੀਂ ਕਿੱਥੇ ਆ ਕੇ ਖੜ ਗਏ ਹਾਂ? ਇਸ ਚੀਜ਼ ਨੂੰ ਸੋਚਣ ਦੀ ਜ਼ਰੂਰਤ ਹੈ। ਹਾਲਾਂਕਿ ਇਹ ਮਾਮਲਾ ਧਾਰਮਿਕ ਹੈ, ਇਹਦੇ ਵਿੱਚ ਸਰਕਾਰਾਂ ਨਹੀਂ ਆ ਸਕਦੀਆਂ। ਮੈਂ ਕਹਿੰਦਾ ਸਾਡੀ ਸਰਮੌਰ ਕਮੇਟੀ ਇਹਨਾਂ ਸਕੂਲਾਂ ਤੋਂ ਸੇਧ ਲਵੇ ਅਤੇ ਗੁਰੂ ਘਰਾਂ ਨੂੰ ਸਿਰਫ ਅਤੇ ਸਿਰਫ ਗੁਰੂਆਂ ਦੇ ਨਾਵਾਂ ਦੇ ਨਾਲ ਜੋੜ ਕੇ ਉਹਦੇ ਵਿੱਚ ਇਹ ਵੰਡ ਵੀ ਘਟਾਵੇ। ਮਾਫ਼ੀ ਮੰਗ ਕੇ ਕਹਿੰਦਾ ਇੱਕ ਵੰਡ ਹੋਰ ਹੈ ਜੀ ਕਿ ਇਸ ਗੁਰੂ ਘਰ ਵਿੱਚ ਫਲਾਨੇ ਨਹੀਂ ਆ ਸਕਦੇ ਅਤੇ ਫਲਾਨੇ ਆ ਸਕਦੇ ਨੇ।
ਇਹ ਵੀ ਖਤਮ ਕਰੇ, ਇਕੱਲੇ ਨਾਂ ਨਹੀਂ ਇਹ ਵੀ ਖਤਮ ਕਰੇ। ਗੁਰੂ ਘਰ ਸਭ ਦਾ ਸਾਂਝਾ, ਸਭ ਨੇ ਜਾ ਕੇ ਨਤਮਸਤਕ ਹੋਣਾ, ਇਹ ਬੜਾ ਜ਼ਰੂਰੀ ਹੈ ਜੀ। ਫਲਸਫਿਆਂ ਤੋਂ ਦੂਰ ਹੋਏ ਹਾਂ ਜੀ, ਕੁਦਰਤ ਤੋਂ ਦੂਰ ਹੋਏ ਹਾਂ ਅਤੇ ਨਤੀਜੇ ਭੁਗਤ ਰਹੇ ਹਾਂ। ਸਿੱਖਿਆ ਦੇ ਉੱਪਰ ਹੋਰ ਬਹੁਤ ਸਾਰੇ ਸੰਕਟ ਨੇ, ਉਹਨਾਂ ਨੂੰ ਵੀ ਐਡਰੈਸ ਕਰਨ ਦੀ ਜ਼ਰੂਰਤ ਹੈ। ਵਕਤ ਹੋ ਗਿਆ ਜੀ ਇਜਾਜ਼ਤ ਲੈਣ ਦਾ। ਖੈਰ ਜਾਣ ਤੋਂ ਪਹਿਲਾਂ ਜੀ ਤੁਹਾਨੂੰ ਵੀ ਅਤੇ ਸਾਡੇ ਸਾਰੇ ਦਰਸ਼ਕਾਂ ਨੂੰ ਵੀ ਨਵੇਂ ਵਰ੍ਹੇ ਦੀ ਬਹੁਤ ਬਹੁਤ ਮੁਬਾਰਕਬਾਦ। ਮੇਰੇ ਵੱਲੋਂ ਵਿਰਾਸਤ ਮੀਡੀਆ ਦੀ ਪੂਰੀ ਟੀਮ ਨੂੰ, ਸਾਨੂੰ ਸੁਣਨ ਵਾਲੇ ਸਾਡੇ ਦਰਸ਼ਕਾਂ ਨੂੰ ਅਤੇ ਸਮੁੱਚੀ ਲਕਾਈ ਨੂੰ ਨਵੇਂ ਵਰ੍ਹੇ ਦੀ ਲੱਖ ਲੱਖ ਵਧਾਈ ਜੀ। ਤਾਂ ਤੁਸੀਂ ਦੇਖ ਰਹੇ ਸੀ ਜੀ ਵਿਰਾਸਤ ਟੀਵੀ ਉੱਪਰ ਸਾਡਾ ਖਾਸ ਪ੍ਰੋਗਰਾਮ ਦ੍ਰਿਸ਼ਟੀਕੋਣ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ, ਤੁਸੀਂ ਆਪਣੇ ਫੀਡਬੈਕ ਸਾਨੂੰ ਈਮੇਲਸ, ਫੋਨ ਕਾਲਾਂ ਜਾਂ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ। ਕੱਲ੍ਹ ਫਿਰ ਹਾਜ਼ਰ ਹੋਵਾਂਗਾ ਜੀ ਕਿਸੇ ਮੁੱਦੇ, ਮਸਲੇ ਜਾਂ ਖਬਰ ਦੇ ਨਾਲ। ਉਦੋਂ ਤੱਕ ਲਈ ਮੈਨੂੰ ਗੁਰਸੇਵਕ ਨੂੰ ਦਿਓ ਆਗਿਆ। ਧੰਨਵਾਦ।